ਆਏ ਹੋ ਅਸੀਂ ਗਵਰਨਰ ਸਾਹਿਬ ਦਾ ਮੈਸੇਜ ਲੱਗਿਆ ਸੀਗਾ ਵੀ ਤੁਸੀਂ ਆ ਜਾਓ, ਜ਼ਿਲ੍ਹਾ ਪ੍ਰਸ਼ਾਸਨ ਚਾਹੁੰਦਾ ਸੀ, ਗਵਰਨਰ ਸਾਹਿਬ ਕਹਿੰਦੇ ਵੀ ਸਾਨੂੰ ਆ ਕੇ ਮਿਲ ਲਓ, ਅਤੇ ਪਰਿਵਾਰ ਦਾ ਮਤ ਸੀਗਾ ਵੀ ਜੇ ਗਵਰਨਰ ਅਸੀਂ ਆਪਣੇ ਜਿਹੜਾ ਮੇਰੇ ਉਹਨਾਂ ਦੀ ਵਾਈਫ ਦਾ ਮਤ ਸੀਗਾ ਵੀ ਮੇਰੇ ਹਸਬੈਂਡ ਘਾਇਲ ਪਏ ਨੇ, ਸੱਟਾਂ ਲੱਗੀਆਂ ਹੋਈਆਂ ਨੇ ਹੋਸਪਿਟਲ ਨੇ, ਮੈਂ ਉਹਨਾਂ ਨੂੰ ਛੱਡ ਕੇ ਨਹੀਂ ਜਾਣਾ, ਜਾਂ ਗਵਰਨਰ ਸਾਹਿਬ ਨੇ ਉਹਨਾਂ ਦਾ ਹਾਲ ਚਾਲ ਪੁੱਛਣ ਆਉਣਾ ਤਾਂ ਹੋਸਪਿਟਲ ਆ ਸਕਦੇ ਨੇ, ਗਵਰਨਰ ਸਾਹਿਬ ਚਲੇ ਗਏ ਨੇ ਉਹਨਾਂ ਦੀ ਮਰਜ਼ੀ। ਅਤੇ ਪਰਿਵਾਰ ਵਾਲੇ ਮਿਲਣ ਗਏ ਨਹੀਂ? ਨਹੀਂ, ਬਿਲਕੁਲ ਨਹੀਂ। ਕਹਿੰਦੇ ਨੇ ਜਿਸ ਔਰਤ ਦਾ ਘਰ ਵਾਲਾ ਹੋਸਪਿਟਲ ਪਿਆ ਹੋਵੇ, ਜਿਹਦੀਆਂ ਬਾਹਾਂ ਟੁੱਟੀਆਂ ਹੋਣ ਦੋਵੇਂ, ਜਿਹਦੇ ਸਿਰ 'ਤੇ ਸੱਟਾਂ ਵੱਜੀਆਂ ਹੋਣ, ਉਹ ਚੱਲ ਕੇ ਜਾਵੇ, ਜਾਂ ਜਿਹਨੂੰ ਦੁੱਖ ਲੱਗਦਾ, ਜੇ ਉਹਨੇ ਦੁੱਖ ਪ੍ਰਗਟ ਕਰਨਾ ਤਾਂ ਹੋਸਪਿਟਲ ਆ ਕੇ ਕਰ ਸਕਦਾ ਸੀ। ਗਵਰਨਰ ਸਾਹਿਬ ਦੀ ਜੋ ਸਾਨੂੰ ਮੈਸੇਜ ਲੱਗਿਆ ਵੀ ਉਹਨਾਂ ਦੀ ਸਿਹਤ ਨਹੀਂ ਅਲਾਓ ਕਰਦੀ ਸੀਗੀ ਵੀ ਹੋਸਪਿਟਲ ਨਹੀਂ ਆ ਸਕਦੇ ਸੀਗੇ, ਇਹ ਹੁਣ ਤੁਸੀਂ ਗਵਰਨਰ ਸਾਹਿਬ ਨੂੰ ਪੁੱਛ ਸਕਦੇ ਹੋ ਜਾਂ ਪ੍ਰਸ਼ਾਸਨ ਨੂੰ ਪੁੱਛ ਸਕਦੇ। ਪਹਿਲਾਂ ਵੀ ਉਹਨਾਂ ਨੇ ਬੁਲਾਇਆ ਸੀਗਾ ਵੀ ਸਰਕਟ ਹਾਊਸ ਤੁਸੀਂ ਆ ਜਾਓ, ਵੀ ਉੱਥੇ ਗਵਰਨਰ ਸਾਹਿਬ ਨੇ ਤੁਹਾਨੂੰ ਬੁਲਾਇਆ, ਪਰਿਵਾਰ ਦੇ ਬੰਦੇ ਨੂੰ ਬੁਲਾਇਆ ਸੀ, ਪਰ ਉਹਨਾਂ ਦੇ ਪਰਿਵਾਰ ਨੇ ਬਿਲਕੁਲ ਸਾਫ ਮਨਾ ਕਰਤਾ ਵੀ ਅਸੀਂ ਹੋਸਪਿਟਲ ਤੋਂ ਛੱਡ ਕੇ ਅਸੀਂ ਨਹੀਂ ਜਾਣਾ, ਵੀ ਮੇਰੇ ਪਤੀ ਹੋਸਪਿਟਲ 'ਚ ਨੇ, ਉਹਨਾਂ ਦਾ ਇਲਾਜ ਚੱਲ ਰਿਹਾ, ਵੀ ਮੈਂ ਛੱਡ ਕੇ ਨਹੀਂ ਜਾ ਸਕਦਾ। ਵੀ ਤਾਂ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਵੀ ਦੱਸ ਸਕਦੇ, ਤੁਸੀਂ ਉਹਨਾਂ ਨੂੰ ਪੁੱਛੋ ਵੀ ਬਾਕੀ ਮੁਜ਼ਰਮ ਕਿਉਂ ਨਹੀਂ ਫੜੇ ਗਏ, ਮੈਂ ਕੀ ਦੱਸ ਸਕਦਾ ਇਹਦੇ ਬਾਰੇ। ਇਹ ਤਾਂ ਪੁਲਿਸ ਦੀ ਕਾਰਵਾਈ ਹੈ, ਪੁਲਿਸ ਕੀ ਕਰਦੀ ਹੈ ਪੁਲਿਸ ਨੇ ਦੇਖਣਾ, ਹਿੰਦੂ ਸੰਗਠਨ ਕੀ ਕਰਨਗੇ ਉਹ ਹਿੰਦੂ ਸੰਗਠਨ ਦੇਖਣਗੇ, ਹੁਣ ਕੀ ਕਰਨਗੇ। ਇਸ ਤੋਂ ਇਲਾਵਾ ਹੋਰ ਕੌਣ ਆਇਆ ਸੀਗਾ ਗਵਰਨਰ ਸਾਹਿਬ ਤੋਂ ਪਹਿਲੇ? ਹੋਰ ਕੋਈ ਆਇਆ? ਲਕਸ਼ਮੀਕਾਂਤ ਚਾਵਲਾ ਜੀ ਆਏ ਸੀਗੇ, ਪੁਰਾਣੇ ਸਾਡੇ ਲੀਡਰ ਨੇ, ਸਾਡੀਆਂ ਮਾਤਾ ਜੀ ਨੇ ਹਾਲ ਚਾਲ ਪੁੱਛਣ ਆਏ ਸੀ, ਅੱਤਵਾਦ ਝੇਲਿਆ ਉਹਨਾਂ ਨੇ, ਉਹਨਾਂ ਨੇ ਅੱਤਵਾਦ ਦਾ ਰੂਪ ਦੇਖਿਆ, ਉਹਨਾਂ ਨੇ ਅੱਤਵਾਦ ਦਾ ਆਹ ਵੀ ਰੂਪ ਦੇਖਿਆ, ਉਹਨਾਂ ਨੇ ਵੀਡੀਓ ਦੇਖੀ, ਉਹਨਾਂ ਨੇ ਦੁੱਖ ਪ੍ਰਗਟ ਕੀਤਾ ਵੀ ਇੱਦਾਂ ਵੀ ਮਾਰਕਾਟ ਹੁੰਦੀ ਹੈ, ਵੀ ਇੱਦਾਂ ਦਾ ਅੱਤਵਾਦ ਦੇ ਟਾਈਮ ਨਹੀਂ ਹੁੰਦਾ ਸੀਗਾ, ਭੇੜ ਬੱਕਰੀਆਂ ਦੀ ਤਰ੍ਹਾਂ ਵੱਢਣਾ, ਪਹਿਲਾਂ ਤਾਂ ਸੀਗਾ ਵੀ ਗੋਲੀ ਮਾਰਤੀ ਬੰਦਾ ਉਸੇ ਲਈ ਮਰ ਜਾਂਦਾ ਸੀਗਾ, ਪਰ ਜਿਹੜਾ ਕੱਲ੍ਹ ਜਿਹੜਾ ਪਰਸੋੜਾ ਹਮਲਾ ਕੀਤਾ ਗਿਆ ਸੰਦੀਪ ਥਾਪਰ ਦੇ ਉੱਤੇ, ਜਿਸ ਹਿਸਾਬ ਨਾਲ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਇੱਦਾਂ ਤਾਂ ਭੇਡਾਂ ਕੱਟੀਆਂ ਨਹੀਂ ਜਾਂਦੀਆਂ, ਬੱਕਰੇ ਨਹੀਂ ਮਾਰੇ ਜਾਂਦੇ, ਜਿੱਦਾਂ ਦਾ ਸੰਦੀਪ ਥਾਪਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਸੀਰੀਅਸ ਹੈ, ਜਦ ਤੱਕ ਮੈਂ ਸਿੱਧੀ ਗੱਲ ਛੁੱਟੀ ਨਹੀਂ ਮਿਲ ਜਾਂਦੀ, ਜਦ ਤੱਕ 40-50 ਦਿਨ ਨਹੀਂ ਨਿਕਲ ਜਾਂਦੇ, ਮੈਂ ਨਹੀਂ ਮੰਨਦਾ ਵੀ ਉਹ ਸੰਦੀਪ ਥਾਪਰ ਸੇਫ ਹੈਗਾ। ਕਿਵੇਂ ਦੇਖਦੇ ਹੋ ਜੀ ਜਿਹੜੇ MLAs ਨੇ ਹਰ ਪ੍ਰੋਗਰਾਮ ਤੇ ਬਹਿੰਦੇ ਆ, ਇਦਾਂ ਦੀ ਦੁੱਖ ਵਾਲੀ ਘਟਨਾ ਤੇ ਅੱਜ ਤੱਕ ਪਹੁੰਚੇ ਨਹੀਂ, ਕੀ ਦੇਖਦੇ? ਇਹ ਤਾਂ ਸਾਡੇ ਮੰਤਰੀ ਸਾਹਿਬ ਵੀ ਨਹੀਂ ਆਏ, ਲੁਧਿਆਣੇ ਤੋਂ ਸਾਡੇ ਸੰਤ ਜਗਮੀਤ ਸਿੰਘ ਬਿੱਟੂ ਜੀ ਮੰਤਰੀ ਨੇ, ਉਹ ਵੀ ਹਾਲ ਨਹੀਂ ਪੁੱਛਣ ਆਏ, ਸਾਡੇ MP ਸਾਹਿਬ ਨੇ, ਸਭ ਦੀ ਆਪਣੀ ਆਪਣੀ ਮਰਜ਼ੀ ਆ, ਹੁਣ ਤਾਂ ਗਵਰਨਰ ਸਾਹਿਬ ਵੀ ਦਿਲ ਦੀ ਇੱਛਾ, ਜਿਹਨੇ ਆਉਣਾ ਆਵੇ, ਜਿਹਨੇ ਨਹੀਂ ਆਉਣਾ ਨਾ ਆਵੇ, ਇਹ ਤਾਂ ਸ਼ਹਿਰ ਵਾਸੀ ਦੇਖਣ, ਹਿੰਦੂ ਸਮਾਜ ਦੇਖਣ, CM ਸਾਹਿਬ ਨਹੀਂ ਆਏ, CM ਸਾਹਿਬ ਵੀ ਤਾਂ ਜਲੰਧਰ ਹੀ ਬੈਠੇ ਨੇ ਨਾ, ਗਵਰਨਰ ਸਾਹਿਬ ਵੀ ਲੁਧਿਆਣੇ ਆ ਕੇ ਬਿਨਾਂ ਹਾਲ ਪੁੱਛੇ ਵਾਪਸ ਚਲੇ ਗਏ ਨੇ, ਇਹ ਗਵਰਨਰ ਸਾਹਿਬ ਦੇਖਣ ਜਾਂ ਜਨਤਾ ਦੇਖੇ ਜਾਂ ਕੇਂਦਰ ਸਰਕਾਰ ਦੇਖੇ, ਇਹ ਤੋਂ ਪਤਾ ਲੱਗਦਾ ਵੀ ਚਿੰਤਾ ਕਿੰਨੀ ਹੈ, ਹਿੰਦੂ ਸਮਾਜ ਦੀ ਚਿੰਤਾ ਕਿੰਨੀ ਹੈ, ਇਹ ਸ਼ਹਿਰ ਦੇਖੇ, ਲੋਕ ਦੇਖਣ, ਪੰਜਾਬੀ ਹਿੰਦੂ ਦੇਖੇ ਵੀ ਪੰਜਾਬੀ ਹਿੰਦੂ ਦੀ ਔਕਾਤ ਕੀ ਹੈ ਪੰਜਾਬ ਦੇ ਵਿੱਚ। ਹੁਣ ਕੋਈ ਮੰਗ ਕੀ ਹੈ ਜੀ ਤੁਹਾਡੀ, ਕੀ ਅੱਗੇ ਆਉਣ ਵਾਲਾ ਸਮਾਂ? ਨਿਆਏ ਮਿਲਣਾ ਚਾਹੀਦਾ, ਨਿਆਏ ਮਿਲਣਾ ਚਾਹੀਦਾ, ਸਾਫ਼ ਕਹਿ ਰਿਹਾ, ਸੰਦੀਪ ਥਾਪਰ ਦੇ ਹੋਏ ਹਮਲੇ ਦਾ ਨਿਆਏ ਮਿਲਣਾ ਚਾਹੀਦਾ, ਨਿਆਏ ਕੌਣ ਦੇਗਾ, ਇਹਦੀ ਜ਼ਿੰਮੇਦਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ, ਪੰਜਾਬ ਸਰਕਾਰ ਦੀ, ਅਗਰ ਕੇਂਦਰ ਸਰਕਾਰ ਕਹਿੰਦੀ ਹੈ ਵੀ ਅਸੀਂ ਪੰਜਾਬੀਆਂ ਦੇ ਰਾਖੇ ਹਾਂ, ਅਸੀਂ ਪੰਜਾਬੀ ਹਿੰਦੂਆਂ ਦੇ ਰਾਖੇ ਹਾਂ, ਤਾਂ ਫਿਰ ਪੰਜਾਬ ਦੇ ਹਿੰਦੂਆਂ ਦੀ ਚਿੰਤਾ ਵੀ ਤਾਂ ਕਰਕੇ ਦਿਖਾਵੇ, ਦਿਖਾਵਾ ਵੀ ਤਾਂ ਕਰੇ, ਗਵਰਨਰ ਸਾਹਿਬ ਆ ਰਹੇ ਨੇ, ਗਵਰਨਰ ਸਾਹਿਬ ਆ ਰਹੇ ਨੇ, ਪਰ ਸਰਕਟ ਹਾਊਸ ਤੋਂ ਵਾਪਸ ਹੋ ਕੇ ਜਾ ਰਹੇ ਨੇ, ਸਵਾਲ ਹੈ ਲੋਕ ਪੁੱਛਣ ਸਹੀ ਜਾਣ ਦੀ ਚਿੰਤਾ ਕਿਹਨੂੰ ਹੈ, ਨਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੰਤਾ, ਨਾ ਸਾਡੇ ਕੇਂਦਰ ਸਰਕਾਰ ਨੂੰ ਚਿੰਤਾ। ਰਣਨੀਤੀ ਕੱਲ੍ਹ ਅਸੀਂ ਹਿੰਦੂ ਸੰਗਠਨ ਦੀ ਮੀਟਿੰਗ ਕਰਨ ਜਾ ਰਹੇ ਹਾਂ, ਜੋ ਫੈਸਲਾ ਹੋਏਗਾ ਤੁਹਾਨੂੰ ਦੱਸ ਦਾਂਗੇ ਸਾਰੇ ਜੀ, ਲੜਾਈ ਸੰਘਰਸ਼ ਹੋਏਗਾ।
ਸੰਦੀਪ ਥਾਪਰ ਨੂੰ ਪੰਜਾਬੀ ਹਿੰਦੂ ਨੂੰ ਇਨਸਾਫ ਦੇਣ ਲਈ ਲੰਬਾ ਸੰਘਰਸ਼ ਹੋਏਗਾ। ਜਗਰਾ ਵੀਰ ਬਜਰੰਗੇ ਹਮਲਾ ਤੋਂ ਹੋਇਆ ਹੈ, ਕਿਸਮਤ ਅੱਛੀ ਸੀ ਬਚ ਗਏ, ਜਿਸੇ ਬ੍ਰੇਨ ਹੈ ਸਿਰਫ ਕਾਫੀ ਹੋ ਗਈ, ਪਰੰਤੂ ਲਕੀਲੀ ਬ੍ਰੇਨ ਔਰ ਸਕਲ ਇੰਟੈਕਟ ਰਹਿ ਗਿਆ, ਸਿਰਿਆਨ ਬਚ ਗਿਆ, ਹਾਥੋਂ ਪੇ ਫ੍ਰੈਕਚਰ ਹੈ ਦੋਨੋਂ ਪੇ, ਕਾਫੀ ਉਹਨਾਂ ਨੇ ਇਲਾਜ ਕਰਕੇ ਲੀਡਿੰਗ ਯਹਾਂ ਕੇ ਆਰਥੋਪੈਡਿਕ ਸਰਜਨ ਹੈ, ਬਹੁਤ ਅੱਛੇ ਸੇ ਉਨਸੇ ਮੈਂ ਸਮਝਾ ਹੂੰ, ਅੱਛੇ ਸੇ ਉਹਨਾਂ ਨੇ ਇਲਾਜ ਕਰਕੇ ਪਰਮਾਨੈਂਟ ਕੋਈ ਤਰ੍ਹਾਂ ਕੀ ਡਿਸੇਬਿਲਿਟੀ ਨਹੀਂ ਰਹੇਗੀ, ਹੀ ਵਿਲ ਬੀ ਏਬਲ ਟੂ ਵਰਕ ਨੋਰਮਲੀ, ਉਹ ਤਾਂ ਭਗਵਾਨ ਕੀ ਕਿਰਪਾ ਸੇ ਬਚ ਗਏ, ਹਮਲਾ ਤੋਂ ਜਾਨ ਲੈਵਾ ਹੁਆ ਥਾ। I must appreciate यहाँ की जो लोकल अथॉरिटीज हैं, कमिश्नर हैं, डीसी हैं, उन्होंने मेडिकल का अच्छा तुरंत में अच्छी मेडिकल हॉस्पिटल में भेज दिया।